ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵਿਰਾਸਤ ਮੀਡੀਆ ਕੈਨੇਡਾ। ਅੱਜ ਪੰਜਾਬ ਦੀ ਧਰਤੀ ਦਾ ਜਦੋਂ ਜ਼ਿਕਰ ਹੁੰਦਾ ਹੈ ਤਾਂ ਕੈਨੇਡਾ ਦੇ ਨਾਲ ਉਹਦਾ ਜ਼ਿਕਰ ਸਟੂਡੈਂਟਾਂ ਜਾਂ ਸਟੱਡੀ ਵੀਜ਼ੇ ਨੂੰ ਲੈ ਕੇ ਹੁੰਦਾ ਹੈ। ਪਰ ਅੱਜ ਅਸੀਂ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੇ ਵਿੱਚ ਪੁੱਜੇ ਹਾਂ, ਜਿੱਥੇ ਯੂਥ ਫੈਸਟੀਵਲ ਚੱਲ ਰਿਹਾ ਹੈ। ਅਤੇ ਮੇਰੀ ਵਿਸ਼ੇਸ਼ ਤੌਰ 'ਤੇ ਕੋਸ਼ਿਸ਼ ਹੈ ਕਿ ਕੈਨੇਡਾ ਦੇ ਵਿੱਚ ਬੈਠੇ ਸਾਡੇ NRI ਵੀਰ ਅਤੇ ਖਾਸ ਕਰਕੇ ਉਹ ਵਿਦਿਆਰਥੀ ਜਿਹੜੇ ਇੱਥੋਂ ਸਿਰਫ ਅਤੇ ਸਿਰਫ ਸਕੂਲਿੰਗ ਪੂਰੀ ਕਰਨ ਤੋਂ ਬਾਅਦ ਉੱਥੇ ਚਲੇ ਗਏ ਨੇ ਅਤੇ ਇਸ ਧਰਤੀ ਦੀਆਂ ਕਈ ਵੰਨਗੀਆਂ, ਖਾਸ ਕਰਕੇ ਮਾਲਵੇ ਦੀ ਮਿੱਟੀ ਦੀ ਉਪਜ ਦੀਆਂ ਕਈ ਪ੍ਰਾਪਤੀਆਂ, ਕਈ ਵੰਨਗੀਆਂ, ਕਈ ਕਲਾ ਕਿਰਤਾਂ, ਮੈਂ ਕਿਹੜੇ ਕਿਹੜੇ ਸ਼ਬਦ ਵਰਤਾਂ ਕਿ ਅੱਜ ਉਹ ਸਿਰਫ ਅਤੇ ਸਿਰਫ ਅਸੀਂ ਪੇਜਾਂ ਦੇ ਉੱਤੇ ਜਾਂ ਕੁਝ ਕੁ ਥਾਵਾਂ ਦੇ ਉੱਤੇ ਨਮੂਨਿਆਂ 'ਚ ਦੇਖਦੇ ਹਾਂ। ਇੱਥੋਂ ਤੀਕਰ ਕਿ ਸਾਡੇ ਹੁਣ ਡੈਕੋਰੇਸ਼ਨ ਪੀਸ ਬਣ ਗਏ ਨੇ। ਅਸੀਂ ਜਿੱਥੇ ਸਾਡਾ ਗੈਸਟ ਵਾਲਾ ਉਹ ਕਮਰਾ ਹੁੰਦਾ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਗੈਸਟ ਰੂਮ, ਉਹਦੇ ਵਿੱਚ ਰੱਖ ਕੇ ਮਾਣ ਮਹਿਸੂਸ ਕਰਦੇ ਹਾਂ ਕਿ ਆਹ ਚਰਖਾ ਪਿਆ। ਅਤੇ ਅਫਸੋਸ, ਕਈ ਵਾਰੀ ਉਸ ਚਰਖੇ ਦੀ ਮਾਲ ਟੁੱਟੀ ਹੁੰਦੀ ਹੈ, ਪਰ ਅਸੀਂ ਫਿਰ ਵੀ ਉਸ ਨੂੰ ਇਸ ਤਰੀਕੇ ਨਾਲ ਪ੍ਰਜੈਂਟ ਕਰ ਰਹੇ ਹੁੰਦੇ ਹਾਂ ਕਿ ਜਿਵੇਂ ਸਾਡੇ ਕੋਲ ਪੂਰੇ ਦਾ ਪੂਰਾ ਕਲਚਰ ਸਾਂਭਿਆ ਹੋਇਆ। ਪਰ ਸਭ ਤੋਂ ਵੱਡਾ ਯੋਗਦਾਨ ਹੈਗਾ ਹੈ ਜੇਕਰ ਅਸੀਂ ਕਲਚਰ ਦੀ, ਸਾਡੀ ਟ੍ਰੈਡੀਸ਼ਨ ਦੀ, ਅਤੇ ਜਾਂ ਮੈਂ ਕਹਿ ਰਹੀ ਹਾਂ ਕਿ ਸਾਡੀਆਂ ਰਵਾਇਤਾਂ ਨੂੰ ਸਾਂਭਣ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਸਕੂਲ, ਕਾਲਜ ਅਤੇ ਸਾਡੀ ਸਿੱਖਿਆ, ਉਸਦਾ ਬਹੁਤ ਵੱਡਾ ਯੋਗਦਾਨ ਹੁੰਦਾ। ਅੱਜ ਯੂਥ ਫੈਸਟੀਵਲ ਪੰਜਾਬ ਯੂਨੀਵਰਸਿਟੀ, ਜਿਹਦੇ ਵਿੱਚ ਅਸੀਂ ਕਹੀਏ ਕਿ ਰਵਾਇਤੀ ਚੀਜ਼ਾਂ ਨੂੰ ਸਾਂਭਣਾ, ਵਿਦਿਆਰਥੀਆਂ ਨੂੰ ਉਹਨਾਂ ਹੱਥਾਂ ਵਿੱਚ ਲੈ ਕੇ ਆਉਣਾ, ਉਹਦੀ ਕਿਰਤ ਦੀ ਪਰਖ ਕਰਨੀ, ਉਹ ਕਿਸ ਤਰੀਕੇ ਨਾਲ ਉਸ ਨੂੰ ਬਣਾ ਸਕਦੇ ਨੇ, ਜਾਂ ਅਸੀਂ ਕਹਿ ਦਈਏ ਕਿ ਉਹਦਾ ਸਾਡੇ ਕਲਚਰ ਦੇ ਨਾਲ, ਸਾਡੀ ਭਾਸ਼ਾ ਦੇ ਨਾਲ, ਸਾਡੇ ਰਹਿਣ ਸਹਿਣ ਦੇ ਨਾਲ, ਸਾਡੇ ਉਸ ਰੀਤੀ ਰਿਵਾਜ਼ਾਂ ਦੇ ਨਾਲ, ਸਾਡੇ ਇਤਿਹਾਸ ਨਾਲ ਕਿੱਦਾਂ ਦਾ ਕਨੈਕਸ਼ਨ ਰਿਹਾ ਹੋਊਗਾ। ਉਸ ਕਨੈਕਸ਼ਨ ਨੂੰ ਸਮਝਣ ਦੇ ਲਈ ਸਾਨੂੰ ਪਹਿਲਾਂ ਉਸ ਦੀ ਸੂਖਮ ਸਮਝ ਵੀ ਚਾਹੀਦੀ ਹੈ। ਕੈਮਰੇ ਦੇ ਪਿੱਛੇ ਤੁਸੀਂ ਕਿਤੇ ਨਾ ਕਿਤੇ ਦੇਖ ਰਹੇ ਹੋਵੋਗੇ ਕਿ ਉਹ ਪੂਰੇ ਦਾ ਪੂਰਾ ਵਿਦਿਆਰਥੀਆਂ ਦੀ ਕੀਤੀ ਹੋਈ ਮਿਹਨਤ, ਜਿਹਦੇ ਵਿੱਚੋਂ ਫਸਟ, ਸੈਕਿੰਡ ਜਾਂ ਕਹਿ ਲਈਏ ਪਹਿਲਾ, ਦੂਜਾ ਅਤੇ ਤੀਜਾ ਸਥਾਨ ਦੀ ਗੱਲ ਵੀ ਹੁੰਦੀ ਹੈ, ਪਰ ਸਥਾਨ ਸਿਰਫ ਅਤੇ ਸਿਰਫ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਹੁੰਦੇ ਆ। ਹਾਲਾਂਕਿ ਅਸੀਂ ਜੇਕਰ ਕਹੀਏ ਕਿ ਵਿਰਾਸਤ ਨੂੰ ਅਸੀਂ ਸਥਾਨਾਂ ਦੇ ਵਿੱਚ ਤਾਂ ਵੰਡ ਹੀ ਨਹੀਂ ਸਕਦੇ, ਅਸੀਂ ਉਸ ਤਰੀਕੇ ਦੇ ਨਾਲ ਉਸ ਨੂੰ ਕੈਟਾਗਰੀ ਵਿੱਚ ਨਹੀਂ ਰੱਖ ਸਕਦੇ। ਹਰ ਇੱਕ ਦੀ ਕਿਰਤ, ਹਰ ਇੱਕ ਦਾ ਹੁਨਰ ਆਪਣਾ ਹੁੰਦਾ ਅਤੇ ਉਹ ਆਪਣੇ ਤਰੀਕੇ ਦੇ ਨਾਲ ਪੇਸ਼ ਕਰਦਾ। ਮੈਂ ਬਹੁਤ ਲੰਬੀ ਚੌੜੀ ਭੂਮਿਕਾ ਬੰਨੀ ਹੈ, ਪਰ ਇਹ ਦੱਸਣਾ ਤੁਹਾਨੂੰ ਜ਼ਰੂਰੀ ਸੀਗਾ ਕਿ ਅਸੀਂ ਜਿੱਥੇ ਖੜ੍ਹੇ ਹਾਂ ਅਤੇ ਉੱਥੇ ਬੱਚਿਆਂ ਦੀ ਜਿਹੜੀ ਮਿਹਨਤ ਹੈ, ਅਤੇ ਖਾਸ ਕਰਕੇ ਉਹਨਾਂ ਦੇ ਨਾਲ ਕੰਮ ਕਰਦੇ ਅਤੇ ਉਹਨਾਂ ਦਾ ਕੰਨ ਫੜ ਕੇ ਉਹਨਾਂ ਨੂੰ ਸਿਖਾਉਂਦੇ ਸਾਡੇ ਪੰਜਾਬੀ ਦੇ ਟੀਚਰਾਂ ਦੀ ਜਿਹੜੀ ਮਿਹਨਤ ਹੈ, ਪੰਜਾਬੀ ਤੋਂ ਭਾਵ ਸਬਜੈਕਟ ਨਾਲ ਨਾ ਜੋੜ ਲਿਓ, ਪੰਜਾਬ ਨਾਲ ਜੋੜ ਲਿਓ। ਕਿ ਅੱਜ ਪੰਜਾਬ ਦੇ ਟੀਚਰ ਜਿੱਥੇ ਤੁਸੀਂ ਦੇਖਦੇ ਹੋ ਕਿ ਸੜਕਾਂ ਦੇ ਉੱਤੇ, ਜਿੱਥੇ ਤੁਸੀਂ ਦੇਖਦੇ ਹੋ ਕਿ ਥੋੜ੍ਹੇ ਜਿਹੇ ਸਕੇਲ ਦੇ ਉੱਤੇ ਕਿੱਥੇ ਕਿੱਥੇ ਕੰਮ ਕਰਦੇ ਨੇ, ਪਰ ਫਿਰ ਵੀ ਇੱਕ ਹੁਨਰ ਅਤੇ ਉਸ ਹੁਨਰ ਨੂੰ ਵੰਡਣ ਦਾ ਚਾਅ ਉਹ ਰੱਖਦੇ ਨੇ। ਆਓ ਇੱਕ ਇੱਕ ਉਸ ਕਲਾ ਕਿਰਤ ਨੂੰ ਤੁਹਾਡੇ ਤੀਕਰ ਲੈ ਕੇ ਆਈਏ। ਮੈਂ ਥੋੜ੍ਹਾ ਜਿਹਾ ਕੈਮਰੇ ਦੇ ਨੇੜੇ ਕਰਕੇ ਦਿਖਾਊਂਗਾ ਤਾਂ ਤੁਹਾਨੂੰ ਜ਼ਿਆਦਾ ਉਸਦੀ ਸਮਝ ਪਊਗੀ ਕਿ ਉਸ ਦੇ ਵਿੱਚ ਹੁਨਰ, ਉਸਦੇ ਵਿੱਚ ਸਫਾਈ, ਜਿਹਨੂੰ ਕਹਿੰਦੇ ਹਾਂ ਕਿ ਹੱਥ ਦੀ ਸਫਾਈ, ਬਹੁਤ ਸਾਫ਼ ਹੱਥ ਦੇ ਨਾਲ ਉਹ ਚੀਜ਼ਾਂ ਬਣਾਈਆਂ ਗਈਆਂ ਅਤੇ ਉਹ ਕਿੰਨੀਆਂ ਸੋਹਣੀਆਂ ਲੱਗਦੀਆਂ। ਹਾਲਾਂਕਿ ਮੈਂ ਲਗਭਗ ਇਹਨੂੰ ਇਹਦੇ ਬਾਰੇ ਜਾਣਦਾ ਹੈ, ਪਰ ਕਿਤੇ ਨਾ ਕਿਤੇ ਜਿਹੜੇ ਸਾਡੇ ਨਾਲ ਸਾਡੇ ਅਧਿਆਪਕ ਖੜ੍ਹੇ ਨੇ, ਬੜੇ ਸਤਿਕਾਰਤ ਨੇ, ਉਹ ਮੈਨੂੰ ਨਾਲ ਨਾਲ ਦੱਸਦੇ ਰਹਿਣਗੇ ਕਿ ਇਹ ਕਿਵੇਂ ਕਿਵੇਂ ਬਣਾਈਆਂ ਅਤੇ ਇਸ ਦੇ ਉੱਤੇ ਕਿਸ ਤਰੀਕੇ ਦੀ ਮਿਹਨਤ ਲੱਗਦੀ ਹੈ। ਸਭ ਤੋਂ ਪਹਿਲਾਂ ਜੇਕਰ ਅਸੀਂ ਇਹ ਗੱਲ ਕਰੀਏ, ਜੀ ਇਹਨੂੰ ਕਹਿੰਦੇ ਨੇ ਜੀ ਸ਼ਿਕੂ, ਅਤੇ ਅਕਸਰ ਆਪਾਂ ਕਹਿ ਦਿੰਦੇ ਨੇ ਕਿ ਤੈਨੂੰ ਤਾਂ ਸ਼ਿਕੂ ਵੀ ਨਹੀਂ ਪਤਾ, ਤਾਂ ਇਹ ਉਹ ਸ਼ਿਕੂ ਹੈ, ਪਰ ਇਹਦਾ ਪਤਾ ਹੋਣਾ ਵੀ ਵੱਡੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਬਣਾਇਆ ਜਾਂਦਾ, ਅਤੇ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਵੀ ਵੇਖੀਏ ਨਾ ਕਿ ਕਿਵੇਂ ਇਸ ਨੂੰ ਸ਼ਿੰਗਾਰਿਆ ਜਾਂਦਾ।
ਵਿਦਿਆਰਥੀਆਂ ਨੇ ਇਹਦੇ ਉੱਤੇ ਕਿੰਨੀ ਮਿਹਨਤ ਲਾਈ ਹੋਊਗੀ, ਕਿਸ ਤਰੀਕੇ ਦੇ ਨਾਲ, ਦੇਖੋ ਜੇਕਰ ਬਿਲਕੁਲ ਨੇੜੇ ਜਾ ਕੇ ਸਾਡੇ ਕੈਮਰਾਮੈਨ ਦੇਖਣ ਕਿ ਕਿਸ ਤਰੀਕੇ ਦੇ ਨਾਲ ਆਪਾਂ ਕਹਿ ਦਈਏ ਕਿ ਸੱਜ ਵਿਆਹੀ ਵਾਂਗੂ ਸਵਾਰਨਾ, ਕੋਈ ਸੌਖੀ ਗੱਲ ਨਹੀਂ ਹੁੰਦੀ, ਉਹਦੇ ਉੱਤੇ ਮਿਹਨਤ ਲੱਗਦੀ ਹੈ ਅਤੇ ਮਿਹਨਤ ਦੇ ਨਾਲ ਨਾਲ ਉਸ ਕਲਾ ਨੂੰ ਪੋਲਿਸ਼ ਕਰਨ ਵਾਲਿਆਂ ਦੀ ਮਿਹਨਤ ਸਭ ਤੋਂ ਵੱਧ ਲੱਗਦੀ ਹੈ। ਇਸ ਤਰੀਕੇ ਦੀਆਂ ਹੋਰ ਵੀ ਕਾਫੀ ਕਲਾ ਕਿਰਤਾਂ ਨੇ, ਆਓ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਣੀ ਆ। ਇਸ ਤੋਂ ਅੱਗੇ ਜੇਕਰ ਅਸੀਂ ਚੱਲੀਏ ਤਾਂ ਅਸੀਂ ਇਹਦੇ ਵਿੱਚ ਗੱਲ ਕਰਦੇ ਹਾਂ ਜੀ ਗੁੱਡੀਆਂ ਪਟੋਲੇ। ਇਹ ਜਦੋਂ ਅਸੀਂ ਦੇਖਦੇ ਹਾਂ ਨਾ ਗੁੱਡੀਆਂ ਪਟੋਲੇ ਤਾਂ ਸਾਡੀਆਂ ਧੀਆਂ ਦੇ ਨਾਲ, ਸਾਡੀਆਂ ਧੀਆਂ ਦੀਆਂ ਮੁੱਢਲੀਆਂ ਖੇਡਾਂ ਦੇ ਨਾਲ, ਅਤੇ ਜੇਕਰ ਮੈਂ ਬਿਲਕੁਲ ਠੇਠ ਖੋਜ ਦੇ ਵਿੱਚੋਂ ਕਹਾਂ ਤਾਂ ਸਾਡੀ ਇਹ ਪੁਰਾਣੇ ਰਿਵਾਜ ਦੇ ਵਿੱਚ ਸਾਡੀਆਂ ਪੁਰਾਣੀਆਂ ਔਰਤਾਂ ਦੀ ਮੇਕਅਪ ਦੀ ਨਰਸਰੀ ਸੀ ਇਹ। ਇੱਥੋਂ ਸਾਡੀਆਂ ਧੀਆਂ ਸੱਜਣ ਸਵਰਨ ਦਾ ਵੱਲ ਸਿੱਖਦੀਆਂ ਸੀ, ਇਹਨੂੰ ਮੇਕਅਪ ਦੀ ਅਸੀਂ ਨਰਸਰੀ ਕਹਾਂਗੇ। ਅੱਜ ਤਾਂ ਬਹੁਤ ਸਾਰੇ ਕੋਰਸ ਨੇ ਨਾ, ਅੱਜ ਤਾਂ ਬਹੁਤ ਸਾਰੇ ਇੰਸਟੀਟਿਊਟ ਨੇ, ਅੱਜ ਤਾਂ ਬਹੁਤ ਸਾਰਾ ਯੂਟਿਊਬ ਹੈ ਜਿੱਥੋਂ ਅਸੀਂ ਸਿੱਖਦੇ ਹਾਂ। ਹਾਂ, ਜਿੱਥੇ ਜਿੱਥੇ ਇਸ ਚੀਜ਼ ਨੂੰ ਅਸੀਂ ਇੱਕ ਤਰੀਕੇ ਦੇ ਨਾਲ ਖੇਡ ਦੇ ਰੂਪ ਵਿੱਚ ਵੀ ਲੈਂਦੇ ਹਾਂ, ਉਸ ਤਰੀਕੇ ਦੇ ਨਾਲ ਕਿਸੇ ਉੱਤੇ ਦੁਪੱਟਾ ਕਿਵੇਂ ਲੈਣਾ ਹੈ, ਇਸ ਨੂੰ ਸੱਜਣਾ ਸਵਾਰਨਾ ਕਿਵੇਂ ਆ, ਤਾਂ ਇਹ ਇੱਕ ਨਮੂਨਾ ਜੀ ਜਿੱਥੋਂ ਅਸੀਂ ਜਿਹੜੀਆਂ ਚੀਜ਼ਾਂ ਨਾਲੋਂ ਜਿਹਦੇ ਨਾਲ ਸਾਡੀਆਂ ਤੰਦਾਂ ਟੁੱਟ ਗਈਆਂ, ਜਿਹਦੇ ਨਾਲ ਸਾਨੂੰ ਤੰਦਾਂ ਜੋੜਨ ਦੀ ਜ਼ਰੂਰਤ ਹੈ। ਇਸ ਤੋਂ ਅੱਗੇ ਜੇਕਰ ਅਸੀਂ ਦੇਖੀਏ ਜੀ 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 ਜਿਸ ਤਰੀਕੇ ਨਾਲ ਮੈਡਮ ਨੇ ਤੁਹਾਨੂੰ ਦੱਸ ਦਿੱਤਾ ਬੜੇ ਵਧੀਆ ਤਰੀਕੇ ਦੇ ਨਾਲ, ਪਰ ਮੈਂ ਥੋੜ੍ਹਾ ਜਿਹਾ ਹੋਰ ਤਰੀਕੇ ਨਾਲ ਇਹਨੂੰ ਕਹਿਣਾ ਚਾਹੂੰਗਾ। ਅੱਜ ਦੀਵਾਲੀ ਨੇੜੇ ਆ ਰਹੀ ਹੈ ਤਾਂ ਇੱਦਾਂ ਦੇ ਖਿਡੌਣੇ ਜਿਹੜੇ ਅਸੀਂ ਆਪਣੇ ਬਾਰਾਂ ਦੇ ਵਿੱਚ, ਆਪਣੇ ਦਰਵਾਜ਼ਿਆਂ ਦੇ ਵਿੱਚ ਡੈਕੋਰੇਸ਼ਨ ਪੀਸ ਦੇ ਤੌਰ ਤੇ ਵਰਤਦੇ ਹਾਂ, ਪਤਾ ਨਹੀਂ ਕਿੰਨੇ ਕੁ ਪੈਸੇ ਲਾ ਦਿੰਦੇ ਹਾਂ, ਅਤੇ ਉਹਨਾਂ ਦੇ ਉੱਤੇ ਇੱਦਾਂ ਦਾ ਰੂਪ ਵੀ ਨਹੀਂ ਹੁੰਦਾ, ਜਿੱਦਾਂ ਦਾ ਰੂਪ ਇਹਦੇ ਵਿੱਚ ਦਿਖਾਇਆ ਗਿਆ। ਇਹ ਸਭ ਤੋਂ ਵੱਡੀ ਗੱਲ ਹੈ, ਮੈਂ ਥੋੜ੍ਹਾ ਜਿਹਾ ਰੁਕ ਕੇ ਕਹਿ ਦੇਵਾਂ, ਮੈਂ ਪਿਛਲੇ ਦਿਨੀ ਕੈਨੇਡਾ ਦੀ ਧਰਤੀ ਦੇ ਉੱਤੇ ਵਿਜ਼ਿਟ ਕੀਤਾ, ਟਿਮ ਹੋਟਨ ਦਾ 15x15 ਦਾ ਹਾਲ ਤੇ ਉਹਦੇ ਵਿੱਚ ਖੜੀਆਂ 15 ਪੰਜਾਬੀ ਕੁੜੀਆਂ ਜਦੋਂ ਚਾਹ ਕੌਫੀ ਵਰਤਾਉਂਦਾ ਸੀ ਨਾ ਤਾਂ ਮੇਰੀ ਅੱਖ ਭਰ ਆਈ ਸੀ। ਮੈਂ ਟਿਮ ਹੋਟਨ ਦੇ ਵਿੱਚ ਉਹ ਕੌਫੀ ਪੀ ਨਹੀਂ ਸਕਿਆ ਸੀ, ਕਿਉਂ? ਕਿਉਂਕਿ ਮੈਨੂੰ ਜਾਪਦਾ ਸੀ ਕਿ ਜੇਕਰ ਉਹ ਪੰਜਾਬ ਦੇ ਕਾਲਜ ਵਿੱਚ ਹੁੰਦੀਆਂ, ਉਹਨਾਂ ਵਿੱਚੋਂ ਖਿਡਾਰੀ ਹੁੰਦੀਆਂ, ਸਾਹਿਤਕਾਰ ਹੁੰਦੀਆਂ, ਕਲਾ ਕਿਰਤ ਨਾਲ ਜੁੜੀਆਂ ਹੁੰਦੀਆਂ, ਅੱਜ ਤੁਸੀਂ ਸਾਡੇ ਪੰਜਾਬ ਦਾ ਟੈਲੈਂਟ ਇਹਨਾਂ ਸਰਕਾਰਾਂ ਨੇ, ਜਾਂ ਮੈਂ ਕਹਿ ਰਿਹਾ ਕਿਤੇ ਨਾ ਕਿਤੇ ਬੇਰੁਜ਼ਗਾਰੀ ਦੀ ਵੱਡੀ ਭੂਮਿਕਾ ਨੇ ਟਿਮ ਹੋਟਨ ਦੇ 15x15 ਦੇ ਥਾਂ ਦੇ ਵਿੱਚ ਕੈਦ ਕਰ ਦਿੱਤਾ। ਸਾਡੀਆਂ ਧੀਆਂ, ਸਾਡੇ ਪੁੱਤ ਪ੍ਰਵਾਸ ਲਈ ਮਜਬੂਰ ਕੀਤੇ ਗਏ ਨੇ, ਉਹ ਕਿਸੇ ਸ਼ੌਂਕ ਨੂੰ ਪ੍ਰਵਾਸ ਨਹੀਂ ਕਰਦੇ। ਹਾਂ, ਵੱਖਰੀ ਗੱਲ ਹੈ ਕਿ ਨਿਆਣੀ ਉਮਰ ਵਿੱਚ ਪ੍ਰਵਾਸ ਦੇ ਫਾਇਦੇ ਤੇ ਨੁਕਸਾਨ ਉਹਨਾਂ ਨੂੰ ਨਹੀਂ ਪਤਾ ਹੁੰਦਾ, ਪਰ ਆਹ ਚੀਜ਼ਾਂ ਉਹ ਕਿਤੇ ਨਾ ਕਿਤੇ ਦੂਰ ਹੋ ਗਏ ਨੇ, ਤੇ ਕਾਫੀ ਜ਼ਰੂਰ ਸੀ ਇਹਨਾਂ ਚੀਜ਼ਾਂ ਦੇ ਨੇੜੇ ਰਹਿਣ ਦੀ। ਇਸ ਤੋਂ ਅੱਗੇ ਜਿੰਨੇ ਕਲਰ ਅਸੀਂ ਇਹਦੇ ਵਿੱਚ ਐਡ ਕੀਤੇ ਓਨੇ ਹੀ ਕਲਰ ਉੱਨ ਦੇ ਲੈ ਗਏ, ਤੇ ਇਹਦੇ ਅਸੀਂ ਕੁੰਮਣ ਬਣਾ ਕੇ ਲਾਏ ਆ ਜੀ। ਆਹ ਚਿੜੀਆਂ ਬਣਾਈਆਂ ਨੇ, ਇਹਦੇ ਵਿੱਚ ਨੇ ਕੱਪੜੇ ਦੀਆਂ ਬਣਾ ਕੇ ਵਿੱਚ ਪੁਰਾਣੀਆਂ ਲੀਰਾਂ ਭਰੀਆਂ ਹੋਈਆਂ ਜਦੋਂ ਸਿਰ ਦੇ ਉੱਤੇ ਕਿਸੇ ਤਰੀਕੇ ਦੇ ਨਾਲ, ਚਾਹੇ ਖੁਸ਼ੀ ਦੇ ਰੂਪ ਵਿੱਚ ਅਸੀਂ ਜਾਗੋ ਦੀ ਗੱਲ ਕਰੀਏ, ਜਾਂ ਫਿਰ ਰੋਜ਼ਾਨਾ ਦੇ ਕੰਮ ਕਾਜ ਵਿੱਚ ਭਾਰ ਚੱਕਣ ਦੀ ਗੱਲ ਕਰੀਏ ਤਾਂ ਇਹਦੀ ਵਰਤੋਂ ਕੀਤੀ ਜਾਂਦੀ ਹੈ। ਜੁੱਤੀ ਨੂੰ ਲਵਾ ਦੇ ਘੁੰਗਰੂ, ਹਾੜੀ ਵੱਢੂੰਗੀ ਬਰਾਬਰ ਤੇਰੀ, ਤਾਂ ਜੁੱਤੀ ਨੂੰ ਘੁੰਗਰੂ ਲਵਾਉਣਾ, ਜਾਂ ਕਹਿ ਦਈਏ ਕਿ ਦਾਤੀ ਨੂੰ ਲਵਾ ਦੇ ਘੁੰਗਰੂ,
ਹਾੜੀ ਵੱਢੂਗੀ ਬਰਾਬਰ ਤੇਰੀ, ਇਸ ਤਰੀਕੇ ਨਾਲ ਵੀ ਕਿਹਾ ਜਾਂਦਾ ਹੈ। ਤਾਂ ਉਸਦਾ ਇੱਕ ਮਕਸਦ ਹੈ ਖਾਸ ਕਿ ਅਸੀਂ ਆਪਣੇ ਕੰਮਾਂ ਕਾਜਾਂ ਦੇ ਵਿੱਚ ਵਰਤੋਂ ਵਾਲੀਆਂ ਚੀਜ਼ਾਂ ਨੂੰ ਵੀ ਸੱਜ ਸਵਾਰ ਕੇ ਪੇਸ਼ ਕਰਦੇ ਹਾਂ। ਸਾਡਾ ਇਹ ਮਕਸਦ ਨਹੀਂ ਹੁੰਦਾ ਕਿ ਅਸੀਂ ਅਕੇਵੇਂ ਭਰੇ ਤਰੀਕੇ ਦੇ ਨਾਲ, ਦੇਖੋ ਇਹ ਕੰਮ ਕਾਜ ਵਿੱਚ ਆਉਣ ਵਾਲੀਆਂ ਚੀਜ਼ਾਂ ਨੇ, ਪਰ ਫਿਰ ਵੀ ਇਹ ਉਵੇਂ ਨਹੀਂ ਕਿ ਟੈਂਪਰੇਰੀ ਤੌਰ ਤੇ ਉਹਨੂੰ ਵਰਤੋਂ ਤੇ ਸਿੱਟ ਦਿਓ। ਸਾਡੀ ਇਹ ਸਜਾਵਟ ਵੀ ਸੀ ਤੇ ਸਾਡੇ ਇਹ ਕੰਮ ਕਾਜ ਦੇ ਗਹਿਣੇ ਵੀ ਸੀ। ਹਾਂਜੀ ਸਰ, ਇਹ ਕਾਂਦਾ ਮੇਕਿੰਗ ਆ, ਜਿੱਦਾਂ ਆਪਣੇ ਪੰਜਾਬ ਦੀਆਂ ਕੁੜੀਆਂ ਦਾ ਸੁਹਾਗਣਾ ਦਾ ਪ੍ਰਤੀਕ ਮੰਨਿਆ ਜਾਂਦਾ, ਸ਼ਿੰਗਾਰ ਦਾ ਪ੍ਰਤੀਕ ਮੰਨਿਆ ਜਾਂਦਾ। ਅੱਜ ਕੱਲ੍ਹ ਤਾਂ ਪਰਾਂਦੇ ਆਪਾਂ ਦੇਖਦੇ ਹਾਂ ਫੁੰਮਣ ਲੱਗ ਜਾਂਦੇ ਆ, ਫੁੱਲ ਲੱਗ ਜਾਂਦੇ ਆ, ਜਾਂ ਘੁੰਗਰੂ ਜਾਂ ਮੋਤੀ ਲਾ ਦਿੰਦੇ ਆ। ਇਹਦੇ ਵਿੱਚ ਤੁਸੀਂ ਦੇਖੋ ਨਿਰੋਲ ਧਾਗੇ ਦਾ ਕੰਮ ਸਾਰਾ, ਤੇ ਇਹ ਬੱਚੇ ਨੇ 2.5 ਤੋਂ 3 ਘੰਟਿਆਂ ਦੇ ਵਿੱਚ ਦੀ ਇਹ ਪੇਸ਼ਕਾਰੀ ਹੁੰਦੀ ਹੈ, ਜਿਹਦੇ ਵਿੱਚ ਉਹਨੇ ਤਾਣਾ ਪਾਉਣਾ, ਫਿਰ ਉਸਨੇ ਬਣਾਉਣਾ, ਦੇਖੋ ਪਰਲਾਂ ਪਾਈਆਂ ਹੋਈਆਂ ਨੇ, ਚੀਜ਼ਾਂ ਪਾਈਆਂ ਹੋਈਆਂ ਸਾਰੀ, ਅਜਲੇਬੀ ਗੁੰਦਣਾ ਬਣਾਉਣਾ, ਇਹ ਸਾਰਾ ਉਹ 2.5 ਤੋਂ 3 ਘੰਟਿਆਂ ਦੇ ਵਿੱਚ ਦਾ ਕੰਮ ਆ, ਜਿਹਨੂੰ ਮਤਲਬ ਇਹਦੇ ਵਿੱਚ ਅਸੀਂ ਇਹ ਵੀ ਦੇਖਣਾ ਹੁੰਦਾ ਆ ਕਿ ਜਿੰਨਾ ਪਰਾਂਦਾ ਅਸੀਂ ਗੁੱਟ ਦੇ ਵਿੱਚ ਗੁੰਦਣਾ ਆ, ਪਲੱਸ ਜਿੰਨਾ ਅਸੀਂ ਨੀਚੋਂ ਇਹਦੇ ਫੁੰਮਣ ਲਟਕਾਉਣੇ ਆ, ਉਹਨਾਂ ਦਾ ਇੱਕ ਬੈਲੈਂਸ ਹੋਣਾ ਚਾਹੀਦਾ, ਇੱਕ ਪ੍ਰਪੋਰਸ਼ਨੇਟ ਉਹ ਵੀ ਉਸ ਵਿੱਚ ਹੋਣੀ ਚਾਹੀਦੀ ਹੈ। ਸੋ ਇਹ ਚੀਜ਼ਾਂ ਅੱਜ ਕੱਲ੍ਹ ਅਲੋਪ ਹੋ ਰਹੀਆਂ। ਸੋ ਮੈਂ ਇਹੀ ਕਹਿਣਾ ਚਾਹੁੰਦੀ ਕਿ ਬੱਚਿਆਂ ਨੂੰ ਫੋਨ ਵੱਲੋਂ ਧਿਆਨ ਘਟਾ ਕੇ, ਇੰਟਰਨੈਟ ਵੱਲੋਂ ਧਿਆਨ ਘਟਾ ਕੇ ਆਪਣੇ ਪੁਰਾਣੇ ਕਲਚਰ ਨਾਲ ਜੁੜਨਾ ਚਾਹੀਦਾ। ਮੈਂ ਜਦੋਂ ਬੱਚੇ ਨੂੰ ਪ੍ਰੇਰਿਤ ਕਰਦੇ ਹੋ, ਜਦੋਂ ਬੱਚੇ ਨੂੰ ਪ੍ਰੇਰਿਤ ਕਰਦੇ ਹੋ ਤੁਸੀਂ, ਕਿੰਨਾ ਕੁ ਟਾਈਮ ਲੈ ਜਾਂਦੇ ਨੇ ਬੱਚੇ ਇਹਨਾਂ ਚੀਜ਼ਾਂ ਨੂੰ ਸਿੱਖਣ ਦੇ ਲਈ? ਚਾਅ ਨਾਲ ਕਰਦੇ ਨੇ ਜਾਂ ਕਿਤੇ ਨਾ ਕਿਤੇ ਨੰਬਰਾਂ ਦੀ ਖੇਡ? ਸਰ, ਇਸ ਕੰਮ ਦੇ ਲਈ ਬਹੁਤ ਜ਼ਿਆਦਾ ਕ੍ਰੀਏਟਿਵ ਮਾਈਂਡਡ ਤੇ ਬਹੁਤ ਜ਼ਿਆਦਾ ਪੇਸ਼ੈਂਸ ਵਾਲੇ ਸਟੂਡੈਂਟਸ ਦੀ ਲੋੜ ਹੈ। ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਸ ਨੂੰ ਇਹ ਲੱਗਦਾ ਵੀ ਮੈਂ 10 ਮਿੰਟ ਬਹਿਣਾ, ਮੈਂ 15 ਮਿੰਟ ਬਹਿਣਾ, ਉਹ ਬੱਚੇ ਦੇ ਵਾਸਤੇ ਕੰਮ ਹੈ ਨਹੀਂ ਜੀ। ਇਹਦੇ ਲਈ ਜ਼ਰੂਰੀ ਹੈ ਕਿ ਬੱਚੇ ਨੂੰ ਪਹਿਲਾਂ ਤਾਂ ਆਪਣੇ ਅੰਦਰੋਂ ਕਿਉਰਿਓਸਿਟੀ ਹੋਵੇ ਕਿ ਮੈਂ ਇਹ ਕੰਮ ਕਰਨਾ ਆ, ਠੀਕ ਆ। ਇਹ ਬੱਚੇ ਮੋਸਟਲੀ ਸਾਡੇ ਕੋਲ ਜਿੰਨੀਆਂ ਵੀ ਤੁਸੀਂ ਆਈਟਮਸ ਦੇਖ ਰਹੇ ਹੋ ਸਾਰੇ ਸਾਡੇ ਕੋਲ ਪਿੰਡਾਂ ਦੇ ਬੱਚੇ ਆ ਜੀ, ਔਰ ਉਹ ਬੱਚੇ ਆ ਤਕਰੀਬਨ ਜਿਹੜੇ ਗਰੀਬ ਘਰਾਂ ਨੂੰ ਬਿਲੋਂਗ ਕਰਦੇ ਆ, ਜਿਨ੍ਹਾਂ ਨੂੰ ਮਤਲਬ ਪਿੱਛੋਂ ਵਿਰਸੇ ਤੋਂ ਚੀਜ਼ਾਂ ਸਿੱਖਣ ਨੂੰ ਦਾਦੀਆਂ ਨਾਨੀਆਂ ਤੋਂ ਮਿਲੀਆਂ, ਤੇ ਉਹਨਾਂ ਨੂੰ ਥੋੜਾ ਬੇਸ ਪਤਾ ਹੁੰਦਾ, ਕੁਛ ਅਸੀਂ ਸਿਖਾਈਦਾ ਆ, ਬਾਕੀ ਇੱਕ ਦੂਸਰੇ ਦੀ ਕੋਆਰਡੀਨੇਸ਼ਨ ਦੇ ਨਾਲ, ਤੇ ਬਾਕੀ ਜਿੰਨਾ ਬੱਚਾ ਵੱਧ ਤੋਂ ਵੱਧ ਪ੍ਰੈਕਟਿਸ ਕਰਦਾ ਹੈ, ਮਤਲਬ ਮੰਨ ਕੇ ਚੱਲੋ ਕਿ 15 ਤੋਂ 20 ਮਿੰਟ ਤਾਂ ਬੱਚੇ ਨੂੰ ਸਿੱਖਣ ਦੇ ਵਿੱਚ, ਬਾਕੀ ਜਿੰਨੀ ਪ੍ਰੈਕਟਿਸ ਹੈ ਜੀ, ਦਿਨ ਦੇ ਵਿੱਚ 2-2 ਪ੍ਰੈਕਟਿਸ ਬੱਚਾ ਲਾਉਂਦਾ ਹੈ ਬਣਾਉਣ ਵਿੱਚ। ਜਿਵੇਂ ਮੈਡਮ ਨੇ ਤੁਹਾਨੂੰ ਦੱਸਿਆ, ਮੈਂ ਥੋੜ੍ਹੀ ਜਿਹੀ ਗੱਲ ਵਿੱਚ ਐਡ ਕਰ ਦੇਵਾਂ ਕਿ ਸੁਹਾਗ ਦੀ ਪਹਿਲੀ ਨਿਸ਼ਾਨੀ ਪਰਾਂਦਾ ਹੁੰਦਾ ਸੀ। ਪੁਰਾਣੇ ਸਮੇਂ ਵਿੱਚ ਜਦੋਂ ਕੋਈ ਰਿਸ਼ਤਾ ਪੱਕਾ ਹੁੰਦਾ ਤਾਂ ਪਰਾਂਦਾ ਦੇ ਕੇ ਜਾਂਦੇ ਸੀ। ਉਹ ਪਰਾਂਦਾ ਉਹਨਾਂ ਚਿਰ ਵਾਲਾਂ 'ਚੋਂ ਕੱਢਿਆ ਨਹੀਂ ਜਾਂਦਾ ਸੀ ਜਿੰਨਾ ਚਿਰ ਉਸ ਲੜਕੀ ਦਾ ਜਿਹੜਾ ਵਿਆਹ ਨਹੀਂ ਹੋ ਜਾਂਦਾ ਸੀ, ਕਹਿਣ ਦਾ ਭਾਵ ਕਿ ਵਿਆਹ ਵਾਲਾ ਹਾਰ ਸ਼ਿੰਗਾਰ ਉਹਦੇ ਹਿੱਸੇ ਨਹੀਂ ਆ ਜਾਂਦਾ ਸੀ। ਇਹ ਐਡੀ ਵੱਡੀ ਇਸ ਦਾ ਇੱਕ ਪਿੱਛੇ ਇਤਿਹਾਸ ਕੰਮ ਕਰਦਾ ਹੈ ਕਿ ਇਹ ਲਾਲ ਪਰਾਂਦੇ ਸੁਹਾਗ ਦੀਆਂ ਨਿਸ਼ਾਨੀਆਂ। ਅੱਜ ਭਾਈ ਸੁਹਾਗ ਦੀ ਨਿਸ਼ਾਨੀ ਸਟੇਟ ਕੀਤੇ ਹੋਏ ਵਾਲ ਹੋ ਸਕਦੇ ਨੇ, ਬਿਲਕੁਲ ਉਸ ਤਰੀਕੇ ਨਾਲ ਮੇਕਅਪ ਕੀਤਾ ਹੋਇਆ ਹੋ ਸਕਦਾ ਹੈ, ਪਰ ਅਸਲ ਪੰਜਾਬੀਅਤ ਦੀ ਗਵਾਹੀ ਸਾਡੇ ਟੀਵੀ ਦਾ ਨਾਮ ਵਿਰਾਸਤ ਤੇ ਵਿਰਾਸਤ ਦੀ ਗਵਾਹੀ ਭਰਦੀਆਂ ਇਹ ਸਾਰੀਆਂ ਚੀਜ਼ਾਂ ਨੇ ਜੀ। ਮੈਮ ਹੁਣ ਇਹ ਪੱਖੀ ਜੀ ਜਿਹੜੀ ਇਹ ਸਾਡੇ ਬੱਚਿਆਂ ਨੇ ਬਣਾਈ ਹੋਈ ਆ, ਇਸ ਪੱਖੀ ਦੀ ਟਾਈਮਿੰਗ ਜਿਹੜੀ 3 ਘੰਟੇ ਦੇ ਵਿੱਚ ਉਹਨੇ ਬਣਾਈ ਆ, ਇਹਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਰਾ ਪੱਟ ਦੇ ਧਾਗੇ ਦੇ ਨਾਲ ਦੰਦ ਪਾਏ ਹੋਏ ਨੇ, ਪੱਟ ਦੇ ਧਾਗੇ ਦੀ ਪੇਸ਼ਕਾਰੀ ਆ, ਤੇ ਆਹ ਵਾਲੀ ਜਿਹੜੀ ਪੱਖੀ ਉਹਦੀ ਸੇਮ ਹੀ ਪੈਟਰਨ ਹੈ, ਇਹਦੇ ਵਿੱਚ ਪੱਟ ਦੇ ਧਾਗੇ ਆ, ਸਿਲਕੀ ਧਾਗੇ ਆ, ਤੇ ਇਹਦੇ ਵਿੱਚ ਸਾਰਾ ਸੂਤ ਦਾ ਧਾਗਾ ਵਰਤਿਆ ਹੋਇਆ, ਟਾਈਮਿੰਗ ਉਨੀ ਹੈ ਸਰ, ਤੇ ਪੈਟਰਨ ਤੁਸੀਂ ਦੇਖੋ ਵੀ ਇਹਦੇ ਵਿੱਚ ਵੀ ਅਸੀਂ ਫੁਲਕਾਰੀ ਦਾ ਪੈਟਰਨ ਦਿਖਾਇਆ ਹੋਇਆ, ਵੀ ਕਿੰਨਾ ਕੁ ਬਰੀਕੀ ਨਾਲ ਬੱਚੇ ਨੇ ਕੰਮ ਕੀਤਾ ਹੋਣਾ, ਕਿੰਨੀ ਕੁ ਜ਼ਿਆਦਾ ਉਹਨੇ ਮਿਹਨਤ ਕੀਤੀ ਹੋਣੀ ਹੈ, ਤੁਸੀਂ ਦੇਖੋ ਇੱਕ ਇੱਕ ਫੁੱਲ ਆਪਣੇ ਆਪ ਦੇ ਵਿੱਚ ਜਿਓਮੈਟ੍ਰੀਕਲੀ ਵੀ ਕਲੀਅਰ ਹੋ ਗਿਆ। ਕੰਬੀਨੇਸ਼ਨ ਸਰ ਇਹਦੇ ਵਿੱਚ ਬਹੁਤ ਮੈਟਰ ਕਰਦਾ ਆ, ਵੀ ਕੰਬੀਨੇਸ਼ਨ ਤੁਸੀਂ ਪ੍ਰਾਇਮਰੀ ਕਲਰਸ ਲੈ ਰਹੇ ਹੋ, ਤੁਸੀਂ ਕੰਪਲੀਮੈਂਟਰੀ ਲੈ ਰਹੇ ਹੋ,
ਕਿਵੇਂ ਦੀ ਉਹਨਾਂ ਦੀ ਰੰਗਤ ਹੈਗੀ ਹੈ, ਮੇਨ ਅਸੀਂ ਇਹਦੇ ਵਿੱਚ ਟ੍ਰੈਡੀਸ਼ਨਲ ਕਲਰ ਚੂਜ਼ ਕਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕਿ ਹੈਂਡਮੇਡ ਚੀਜ਼ਾਂ ਅਤੇ ਗੱਲ ਕਰਦੇ ਹਾਂ ਵਿਦੇਸ਼ਾਂ ਦੀ, ਅਤੇ ਉੱਥੇ ਜਦੋਂ ਹੈਂਡਮੇਡ ਚੀਜ਼ ਦੀ ਗੱਲ ਆਉਂਦੀ ਹੈ ਨਾ ਤਾਂ ਰੇਟ ਦੁੱਗਣੇ ਤਿੱਗਣੇ ਹੋ ਜਾਂਦੇ ਆ, ਅਤੇ ਉਹਨਾਂ ਚੀਜ਼ਾਂ ਨੂੰ ਪੇਸ਼ ਕਰਨ ਦਾ ਤਰੀਕਾ ਜਿਹੜਾ ਉਹ ਇਸ ਤਰੀਕੇ ਨਾਲ ਹੋ ਜਾਂਦਾ ਕਿ ਮੰਡੀ ਦੇ ਵਿੱਚ ਸਭ ਤੋਂ ਕੀਮਤੀ ਚੀਜ਼ ਹੀ ਇਹ ਹੈ। ਪਰ ਸਾਡੇ ਪੰਜਾਬ ਦੀ ਅੱਜ ਇੰਟਰਸਟ ਹੀ ਹੈ ਕਿ ਹੈਂਡਮੇਡ ਚੀਜ਼ਾਂ ਜਿਨ੍ਹਾਂ ਦੀ ਕੀਮਤ, ਕੀਮਤ ਤੋਂ ਭਾਵ ਪੈਸੇ ਨਹੀਂ, ਉਹਦੀ ਵੈਲਿਊ, ਉਹਨਾਂ ਦਾ ਮੁੱਲ, ਉਸ ਦੀ ਪਰਖ ਕਰਨ ਵਾਲੇ ਅਤੇ ਉਸ ਨੂੰ ਅੱਗੇ ਵਧਾਉਣ ਵਾਲੇ ਅਤੇ ਉਹਦੇ ਵਿੱਚੋਂ ਕਮਾਈ ਕਰਨ ਵਾਲੇ ਅਸੀਂ ਵੀ ਅੱਜ ਵਿਸ਼ਵ ਦੀ ਮਾਰਕੀਟ ਵਿੱਚ ਵੱਡੇ ਪੱਧਰ ਦੇ ਉੱਤੇ ਸਥਾਪਿਤ ਹੋ ਸਕਦੇ ਹਾਂ। ਪਰ ਜੇਕਰ ਸਾਡੇ ਕੋਲ ਇੱਕ ਲੰਬੀ ਸੋਚ ਅਤੇ ਉਸ ਸੋਚ 'ਤੇ ਕੰਮ ਕਰਨ ਵਾਲੇ ਪਹਿਰੇਦਾਰ ਹੋਣ। ਜੀ ਕੁੜੀਆਂ ਨੇ ਫੁਲਕਾਰੀਆਂ ਦੁਪੱਟੇ ਲਾ ਕੇ ਤਾਂ ਇੱਕ ਪਾਸੇ ਰੱਖੇ ਹੋਏ ਆ, ਸਿਰਫ ਜੀਨਸ ਜਾਂ ਸ਼ਾਰਟਸ ਅਡਾਪਟ ਕੀਤੇ ਹੋਏ ਆ। ਸੋ ਮੇਰੀਆਂ ਆਪਣੀਆਂ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਕਲਚਰ ਨੂੰ ਜੇ ਤੁਸੀਂ ਨੀ ਸਾਂਭੋਗੇ ਤਾਂ ਹੋਰ ਕਿਸੇ ਨੇ ਇਸ ਨੂੰ ਸੰਭਾਲਣਾ ਨਹੀਂ ਆਉਣਾ। ਕਿਉਂਕਿ ਸਰ ਇਹਦੇ ਵਿੱਚ ਤੁਸੀਂ ਦੇਖੋ ਜਿੱਦਾਂ ਫੁਲਕਾਰੀ ਬਣਾਈ ਹੋਈ ਹੈ, ਇਹਦੇ ਵਿੱਚ ਅਸੀਂ ਮੋਰ ਪਾਇਆ ਹੋਇਆ ਜੀ, ਫੁਲਕਾਰੀ ਦੇ ਕਲਰ ਦੀ ਕੰਬੀਨੇਸ਼ਨ ਦੇਖੋ ਤੁਸੀਂ, ਸਾਰੇ ਟ੍ਰੈਡੀਸ਼ਨਲ ਕਲਰ ਨੇ। ਫਿਰ ਇਸ ਨੂੰ ਜਦੋਂ ਬੁਣਿਆ ਗਿਆ, ਇਸ ਨੂੰ ਸਾਟਨ ਸਟਿਚ ਦੇ ਨਾਲ ਪ੍ਰੋਪਰ ਇੱਕ ਜਿਓਮੈਟ੍ਰੀਕਲ ਵੇ ਦੇ ਵਿੱਚ ਬੁਣਿਆ, ਬਿਨਾਂ ਫਰੇਮ ਤੋਂ ਬੁਣੀ ਹੋਈ ਕੀਤੀ ਹੋਈ ਕਢਾਈ ਹੈ ਸਰ ਇਹ, ਜਿਹਦੇ ਵਿੱਚ ਇੱਕ ਇੱਕ ਤੰਦ ਗਿਣ ਕੇ ਪਾਇਆ ਜਾਂਦਾ ਔਰ ਖੱਦਰ ਦੇ ਉੱਤੇ ਕੀਤਾ। ਇਹ ਫੁਲਕਾਰੀ ਸਰ ਉਹ ਇਹ ਹੈਗੀ ਹੈ ਜੀ ਬਾਗ, ਇਹ ਬਾਗ ਦਾ ਨਮੂਨਾ ਜੀ। ਹਾਂਜੀ ਇਹ ਬਾਗ ਦਾ ਨਮੂਨਾ ਸਰ। ਦੋਨਾਂ ਦੇ ਵਿੱਚ ਫਰਕ ਇਹ ਹੁੰਦਾ ਵਾ ਕਿ ਜੇ ਅਸੀਂ ਫੁਲਕਾਰੀ ਦੀ ਗੱਲ ਕਰਦੇ ਹਾਂ ਤਾਂ ਫੁਲਕਾਰੀ ਦਾ ਮਤਲਬ ਹੁੰਦਾ ਹੈ ਫੁੱਲਾਂ ਦੀ ਕਿਆ, ਮਤਲਬ ਜਿਹੜੇ ਟਾਵੇਂ ਟਾਵੇਂ ਫੁੱਲ ਕਿਤੇ ਕਿਤੇ ਹੁੰਦੀ ਹੈ ਜੀ। ਤੇ ਬਾਗ ਦਾ ਮਤਲਬ ਹੁੰਦਾ ਜੀ ਬਾਗ, ਪੂਰਾ ਭਰਿਆ ਹੋਇਆ ਜਿੱਥੇ ਕੱਲੇ ਤੁਹਾਨੂੰ ਫੁੱਲ ਮਿਲਣਗੇ। ਇਹਦੇ ਤੁਸੀਂ ਫਰੰਟ ਤੇ ਦੇਖ ਸਕਦੇ ਹੋ, ਬੈਕ ਤੇ ਦੇਖ ਸਕਦੇ ਹੋ, ਤੁਹਾਨੂੰ ਪੂਰੀ ਸਫਾਈ ਨਜ਼ਰ ਆਏਗੀ ਵੀ ਛੋਟੇ ਛੋਟੇ ਤੰਦ ਜਸਟ ਨਜ਼ਰ ਚਾਹੁੰਦੇ ਹੈਗੇ ਧਾਗੇ ਦੇ, ਤੇ ਇਸ ਪਾਸੇ ਤੋਂ ਪ੍ਰੋਪਰ ਇਹ ਵੀ ਕਵਰ ਕੀਤਾ ਜੀ। ਇਹ ਸਭ ਸਾਡੀਆਂ ਇਹ ਵੀ ਪੁਰਾਣੀ ਵਿਰਾਸਤਾਂ ਨੇ ਜਿਹੜੇ ਪਹਿਲਾਂ ਖੱਦਰ ਹੁੰਦੇ ਸੀਗੇ, ਘਰ ਚ ਹੀ ਖੱਤੇ ਸੂਤ ਤੇ ਬਣਾਏ ਜਾਂਦੇ ਸੀ, ਰੰਗੇ ਜਾਂਦੇ ਸੀ, ਫਿਰ ਉਹਨਾਂ ਨੂੰ ਕੱਢਿਆ ਜਾਂਦਾ ਜੀ। ਸੋ ਹੁਣ ਖੱਦਰ ਚਲੋ ਅਸੀਂ ਮਾਰਕੀਟ ਤੋਂ ਲੈ ਲੈਂਦੇ ਹਾਂ, ਬਟ ਫਿਰ ਵੀ ਇਹ ਚੀਜ਼ਾਂ ਦੀ ਤਰ੍ਹਾਂ ਕਿਤੇ ਲੋਪ ਹੋ ਰਹੀਆਂ, ਸਾਂਭਣ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਜੀ। ਜਿੱਥੇ ਜਿੱਥੇ ਇਹਦੇ ਵਿੱਚ ਪੇਸ਼ਕਾਰੀ ਬਹੁਤ ਵਧੀਆ ਕੀਤੀ ਗਈ ਹੈ ਉੱਥੇ ਉੱਥੇ ਸਾਹਿਤ, ਤੇ ਸਾਹਿਤ ਦੇ ਵਿੱਚ ਲੋਕ ਸਾਹਿਤ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਦੇ ਲੋਕ ਸਾਹਿਤ ਦਾ ਇੱਕ ਨਮੂਨਾ, ਇੱਕ ਕੁੜੀ, ਇੱਕ ਔਰਤ ਦੀਆਂ ਸਧਰਾਂ ਤੇ ਉਹਨਾਂ ਸਧਰਾਂ ਦੀ ਪੇਸ਼ਕਾਰੀ ਕਰਦੀਆਂ ਹੋਈਆਂ ਇਹ ਲੋਕ ਗੀਤ ਦੀਆਂ ਲਾਈਨਾਂ ਕਿ ਪੀਲੇ ਪੀਲੇ ਫੁੱਲ ਵਿੱਚ ਗੁੰਡੇ ਫੁਲਕਾਰੀ ਦੇ, ਕਾਰੀਗਰੀ ਨਹੀਂ ਹੋ ਹੁੰਦੇ ਚਾਕ ਵਾਲੀ, ਇਹ ਚਾਵਾਂ ਦੇ ਨਾਲ ਕੀਤੀਆਂ ਗਈਆਂ ਚੀਜ਼ਾਂ ਨੇ, ਇਹ ਚਾਵਾਂ ਦੇ ਨਾਲ ਕੀਤੀ ਗਈ ਕਲਾ ਕਿਰਤ ਹੈ ਫੁਲਕਾਰੀ ਬਾਗ। ਅੱਜ ਅਸੀਂ ਜਦੋਂ ਜਾਂਦੇ ਹਾਂ ਨਾ ਸ਼ਹਿਰਾਂ ਦੇ ਵਿੱਚ, ਖਾਸ ਕਰਕੇ ਸਾਡੇ NRI ਵੀਰ ਜਦੋਂ ਪੰਜਾਬ ਤੋਂ ਮੰਗਵਾਉਂਦੇ ਨੇ ਤਾਂ ਉਹਨਾਂ ਨੂੰ ਸਭ ਪਤਾ ਕਿ ਇਹਨਾਂ ਦੇ ਰੇਟ ਤੇ ਇਹਨਾਂ ਦੇ ਰੇਟ ਤੋਂ ਇਲਾਵਾ ਇਹਦੇ ਵਿੱਚ ਕਿੰਨਾ ਵੱਡਾ ਪ੍ਰੋਫਿਟ ਹੈ ਜਿਹੜੇ ਸੰਨ ਵਾਲੇ ਲੋਕ ਕਮਾਉਂਦੇ ਨੇ। ਪਰ ਜੇਕਰ ਅਸੀਂ ਆਪਣੀ ਇਸ ਵਿਰਾਸਤ ਨੂੰ, ਇਸ ਕਲਾ ਨੂੰ ਪੇਸ਼ਕਾਰੀ ਕਰਨ ਦੇ ਵਿੱਚ ਇਹਨਾਂ ਬੱਚੀਆਂ ਦਾ, ਇਸ ਪੰਜਾਬ ਦਾ ਸਾਥ ਦੇਈਏ ਤਾਂ ਅੱਜ ਅਸੀਂ ਵਿਸ਼ਵ ਦੀ ਮੰਡੀ ਉੱਤੇ ਹੈਂਡਮੇਡ ਚੀਜ਼ਾਂ ਦੇ ਵਿੱਚ ਰਾਜ ਕਰ ਸਕਦੇ ਜੀ। ਪਹਿਲੇ ਲੋਕ ਹੁੰਦੇ ਸੀ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਦਾ ਇਨਵੈਂਟ ਕੀਤਾ, ਇਹਨਾਂ ਦੀ ਇਨੋਵੇਸ਼ਨ ਕੀਤੀ,
ਮੈਂ ਮੰਨਦੀ ਆ ਵੀ ਉਹ ਲੋਕ ਸਾਡੇ ਨਾਲੋਂ ਜ਼ਿਆਦਾ ਦਿਮਾਗੀ ਸੀ, ਜ਼ਿਆਦਾ ਉਹ ਦਿਮਾਗ ਦਾ ਯੂਜ਼ ਕਰਦੇ ਸੀ, ਕਿਉਂਕਿ ਅੱਜ ਕੱਲ੍ਹ ਤੁਸੀਂ ਨੈੱਟ 'ਤੇ ਕੀ ਆ ਰਿਹਾ, ਕੀ ਚੱਲ ਰਿਹਾ, ਉਹਨਾਂ ਚੀਜ਼ਾਂ ਨੂੰ ਰਿਸਰਚ ਕਰ ਲੈਂਦੇ ਹਾਂ, ਬਟ ਇਹਨਾਂ ਚੀਜ਼ਾਂ ਬਾਰੇ ਅਸੀਂ ਨਹੀਂ ਖੋਜਦੇ ਵੀ ਇਹ ਕਦੋਂ ਚੱਲੀਆਂ, ਕਿਹਨੇ ਚਲਾਈਆਂ, ਇਹਨਾਂ ਨੂੰ ਕਿਵੇਂ ਸਾਂਭਿਆ ਜਾ ਸਕਦਾ। ਇਹਦੇ ਵਿੱਚ ਵੀ ਸਰ ਇਹ ਕਢਾਈ ਬਿਨਾਂ ਫਰੇਮ ਤੋਂ ਕੀਤੀ ਹੋਈ ਆ, ਔਰ ਇਹਦੇ ਵਿੱਚ ਵੀ ਖੱਦਰ ਦੇ ਤਾਣੇ ਦੀਆਂ ਡੱਬੀਆਂ ਗਿਣ ਗਿਣ ਕੇ ਜਿਹੜੇ ਹੈ ਤਾਂ ਤੋਪੇ ਪਾਏ ਹੋਏ ਵਿੱਚ। ਇਸ ਨੂੰ ਤੁਸੀਂ ਚਾਹੋ ਤਾਂ ਇੱਕ ਵੱਡਾ ਕ੍ਰੋਸ ਸਟਿਚ ਪਾ ਸਕਦੇ ਹੋ, ਚਾਹੋ ਤਾਂ ਛੋਟਾ ਪਾ ਸਕਦੇ ਹੋ, ਔਰ ਇਹਦੀ ਮਾਰਕੀਟ ਦੇ ਵਿੱਚ ਡਿਮਾਂਡ ਇੰਨੀ ਕਾ ਕਿ ਮਤਲਬ ਤੁਸੀਂ ਅਗਰ ਸੂਟ ਵੀ ਵਰਕ ਕਰਾਉਣਾ ਹੋਵੇ ਤਾਂ ਦੋ ਸਮਾਲ ਫਲਾਵਰ ਦੀ ਤੁਹਾਡੇ 2-2.5 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ ਜੀ। ਵੀ ਇੰਨਾ ਜ਼ਿਆਦਾ ਇਸ ਦਾ ਟ੍ਰੈਂਡ ਹੈ ਜੋ ਕੁਝ ਬੁਟੀਕ ਦੇ ਵਿੱਚ ਆ ਰਿਹਾ ਬਿਲਕੁਲ। ਹਾਂਜੀ ਸਰ, ਕਿਉਂਕਿ ਪ੍ਰੋਪਰ ਹੈਂਡੀਕ੍ਰਾਫਟ ਦਾ ਬੁਟੀਕ ਸਾਥ ਹੀ ਰਹਿ ਗਿਆ ਜੀ। ਇਸ ਨੂੰ ਅਗਰ ਅਸੀਂ ਕਹੀਏ ਕਮਰਸ਼ੀਅਲ ਲੈਵਲ ਤੇ ਲੈ ਕੇ ਆਉਣ ਤਾਂ ਪੋਸੀਬਲ ਹੀ ਨਹੀਂ, ਕਿਉਂਕਿ ਕੋਸਟਲੀ ਬਹੁਤ ਜ਼ਿਆਦਾ ਹੈ, ਕੋਸਟਲੀ ਤਾਂ ਹੈ ਵੀ ਮਿਲਦਾ ਨਹੀਂ ਸਾਨੂੰ। ਜੇਕਰ ਪੂਰੇ ਸੂਟ ਦੀ ਕਢਾਈ ਇਹਦੇ ਵਿੱਚ ਹੋਵੇ ਹਾਂਜੀ ਤਾਂ ਤੁਹਾਡੇ ਅਨੁਸਾਰ ਜਸਟ ਜਜਮੈਂਟ ਤੇ ਕਿੰਨਾ ਮਹਿੰਗਾ ਹੋਊਗਾ ਜੀ ਸੂਟ? ਸਰ ਮੇਰੇ ਅਕੋਰਡਿੰਗ 5-10 ਹਜ਼ਾਰ ਤੱਕ ਜਾਣਾ ਚਾਹੀਦਾ, ਜਿੰਨੀ ਇਹਦੇ ਉੱਤੇ ਮਿਹਨਤ ਲੱਗਦੀ, ਕਿਉਂਕਿ ਨਿਗਾਹ ਦਾ ਕੰਮ ਆ, ਇੱਕ ਇੱਕ ਬਰੀਕ ਟਾਂਕਾ ਹੁੰਦਾ ਹੈ। 5-10 ਹਜ਼ਾਰ ਪ੍ਰੋਪਰ ਹੈਂਡੀਕ੍ਰਾਫਟ ਪ੍ਰੋਪਰ ਬੁਟੀਕਸ ਵਾਲੇ ਲੈ ਰਹੇ ਚੱਲ ਰਿਹਾ ਜੋ ਅੱਜ ਕੱਲ੍ਹ, ਜਿੰਨੇ ਵੀ ਮੈਂ ਜੋ ਅਗਰ ਤੁਹਾਨੂੰ ਦੱਸਾਂ ਤਾਂ ਬਠਿੰਡਾ ਜਾਂ ਜਲੰਧਰ ਸਾਈਡ ਜਿੰਨੇ ਵੀ ਬੁਟੀਕਸ ਹੈਗੇ ਆ ਉਹ ਇਹ ਕੰਮ ਕਰਦੇ ਆ, ਔਰ ਇਹਨਾਂ ਦੀ ਮੁੰਮ ਦੀ ਕੀਮਤ ਲੈ ਰਹੇ। ਜੇ ਪੰਜਾਬ ਦੀ ਧੀ ਇਸ ਦੇ ਵਿੱਚ ਬਹੁਤ ਹੀ ਨਿਪੁੰਨ ਹੋ ਜਾਵੇ ਹਾਂਜੀ ਤਾਂ ਮੇਰੇ ਖਿਆਲ ਦੇ ਨਾਲ ਉਹਦੇ ਹੱਥ ਉਹਨੂੰ ਵਧੀਆ ਰੋਟੀ ਖਵਾ ਸਕਦੇ। ਬਿਲਕੁਲ ਸਰ, ਬਿਲਕੁਲ ਸਾਡੇ ਮਤਲਬ ਮੇਰੇ ਕੋਲ ਫੈਸ਼ਨ ਡਿਜ਼ਾਈਨਿੰਗ ਦੇ ਬੱਚੇ ਆ, ਉਹ ਜਿਹੜੇ ਹੈਗੇ ਨੇ ਸਾਡੇ ਜਿਹੜਾ ਵੀਕਲੀ 9-10 ਹਜ਼ਾਰ ਰੁਪਏ ਕਮਾ ਰਹੇ, ਕਿਉਂਕਿ ਬੱਚੇ ਪੜ੍ਹਦੇ ਆ, ਉਹਨਾਂ ਕੋਲ ਓਨਾ ਟਾਈਮ ਨਹੀਂ ਹੁੰਦਾ ਕਿ ਉਹ ਪੂਰਾ ਟਾਈਮ ਆਪਣੇ ਕੰਮ ਨੂੰ ਦੇ ਸਕਣ, ਸੋ ਦੈਟਸ ਵਾਈ ਉਹ ਨਾਲ ਨਾਲ ਪੜ੍ਹਾਈ ਕਰਦੇ। ਅਗਰ ਉਹ ਦਿਨ ਦੇ 2 ਘੰਟੇ ਵੀ ਲਾਉਂਦੇ ਆ, ਦਿਨ ਦੇ ਮਤਲਬ ਐਂ ਕਹਿ ਲਓ ਕਿ ਵੀਕਲੀ ਅਗਰ 2 ਸੂਟ ਵੀ ਕਰਦੇ ਆ ਤਾਂ ਉਹਨਾਂ ਦੀ ਅਰਨਿੰਗ ਇੰਨੀ ਹੈਗੀ ਆ ਕਿ ਬੱਚੇ ਅਗਰ ਹੱਥਾਂ ਦੇ ਵਿੱਚ ਨੇ ਪਾਉਂਦੇ ਨੇ, ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਕੁਛ ਕਰਨ ਦੀ ਲੋੜ ਨਹੀਂ, ਰੁਜ਼ਗਾਰ ਤੁਹਾਡੇ ਘਰੇ ਆਉਂਦਾ। ਤੁਸੀਂ ਆਹ ਦੇਖ ਲਓ ਜੀ, ਕਰੋਸ਼ੀਏ ਨਾਲ ਬਣਿਆ ਹੋਇਆ ਸਾਰਾ, ਇਹ ਵੀ ਸੈਂਪਲ ਬੱਚੇ ਨੇ 2.5 ਘੰਟਿਆਂ ਦੇ ਵਿੱਚ ਬਣਾਇਆ, ਵੀ ਸਾਰਾ ਕਲਰ ਕੰਬੀਨੇਸ਼ਨ ਅਸੀਂ ਸੂਰਜਮੁਖੀ ਦਾ ਸੈਂਪਲ ਚੱਕਣਾ ਆ, ਜਾਂ ਫਿਰ ਅਸੀਂ ਕਿਸੇ ਗੇਂਦੇ ਦਾ ਜਾਂ ਲੋਟਸ ਕਿਸੇ ਹੋਰ ਫਲਾਰ ਦਾ ਚੱਕਣਾ ਆ, ਅਸੀਂ ਉਦਾਂ ਦਾ ਕੰਬੀਨੇਸ਼ਨ ਲੈਂਦੇ ਹਾਂ, ਲੈਣਾ ਪ੍ਰਾਇਮਰੀ ਜਾਂ ਸੈਕੰਡਰੀ ਬੇਸਿਸ ਦੇ ਉੱਤੇ ਹੁੰਦਾ, ਟ੍ਰੈਡੀਸ਼ਨਲ ਕਲਰ ਚੂਜ਼ ਕਰਦੇ ਹਾਂ। ਇਹਦੇ ਵਿੱਚ ਜਿਹੜਾ ਕੰਮ ਬੱਚੇ ਨੇ ਕੀਤਾ ਹੋਇਆ, ਇਹਦੇ ਪਹਿਲਾਂ ਖਾਰਦੋਸ਼ ਬਣਾਏ ਜਾਂਦੇ ਸੀ, ਜਾਂ ਫਿਰ ਆਪਣੇ ਟਰੰਕਾਂ ਦੇ ਪੇਟੀਆਂ ਦੇ ਕਵਰ ਬਣਾਉਂਦੇ ਹੁੰਦੇ ਸੀ, ਕੁੜੀਆਂ ਚਾਦਰਾਂ ਵੀ ਕਰਦੀਆਂ ਹੁੰਦੀਆਂ ਸੀ, ਬਣਾਉਂਦੀਆਂ ਹੁੰਦੀਆਂ ਸੀਗੀਆਂ। ਸੋ ਇਹ ਚੀਜ਼ ਦੇ ਲਈ ਜਦੋਂ ਅਸੀਂ ਬੱਚੇ ਨੂੰ ਫਾਇੰਡ ਆਊਟ ਕਰਨਾ ਹੁੰਦਾ ਆ, ਅਸੀਂ ਬੱਚਾ ਸਿਲੈਕਟ ਕਰਨਾ ਹੁੰਦਾ ਵੀ ਅਸੀਂ ਇਸ ਆਈਟਮ 'ਚ ਲਗਾਈਏ, ਤਾਂ ਸਾਨੂੰ ਤਾਂ ਬਹੁਤ ਦਿੱਕਤ ਹੋ ਜਾਂਦੀ, ਕਿਉਂਕਿ ਗਿਣਵੇਂ ਚੁਣਵੇਂ ਬੱਚੇ ਹੀ ਆ ਜਿਹੜੇ ਇਸ ਕੰਮ ਨੂੰ ਕਰਨਾ ਚਾਹੁੰਦੇ ਆ, ਜਿਹੜੇ ਕਰਨਾ ਚਾਹੁੰਦੇ ਆ ਫਿਰ ਉਹ ਵਿਚਾਰੇ ਇੰਨੀ ਮੁਹਾਰਤ ਨਹੀਂ ਰੱਖਦੇ ਕਿ ਉਹਦੀ ਸਕੀਮ ਬਣਾ ਸਕਣ। ਸੋ ਇਹਦੇ ਲਈ ਵੀ ਬੱਚਿਆਂ ਨੂੰ ਐਫਰਟਸ ਕਰਨੇ ਚਾਹੀਦੇ, ਕਿਉਂਕਿ ਇਹ ਚੀਜ਼ਾਂ ਜੇ ਖਤਮ ਹੋ ਗਈਆਂ ਤਾਂ ਸਾਡਾ ਰਿਸ਼ਤਾ ਖਤਮ ਹੋ ਜਾਂਦਾ। ਮੇਰੇ ਮਾਂ ਜਦੋਂ ਕਦੇ ਨਾ ਕਿਤੇ ਗੁਰੂ ਘਰ ਜਾਂਦੇ ਹੁੰਦੇ ਸੀ ਦਸਤਾਂ ਲੈ ਕੇ, ਹਾਂਜੀ, ਖਾਸ ਕਰਕੇ ਪ੍ਰਸ਼ਾਦ ਦੇ ਲਈ, ਤਾਂ ਇੱਦਾਂ ਦੇ ਜਿਹੜੇ ਰੁਮਾਲ ਹੁੰਦੇ ਸੀ ਉਹ ਪਹਿਲਾਂ ਥਾਲਾਂ ਦੇ ਉੱਤੇ ਹੁੰਦੇ ਸੀ, ਅੱਜ ਸਾਰੇ ਦੇ ਸਾਰੇ ਲੁਕ ਹੋ ਗਏ ਨੇ, ਕੱਪੜੇ ਤਰੀਕੇ ਹੋ ਗਏ ਨੇ, ਕਿ ਉਸ ਤਰੀਕੇ ਦੇ ਨਾਲ ਸਾਰਾ ਕੁਝ ਗੁਰੂ ਘਰਾਂ ਵਿੱਚ ਲੈ ਕੇ ਜਾਂਦੇ। ਹਾਂਜੀ, ਅੱਜ ਕੱਲ੍ਹ ਸਰ ਰੈਡੀਮੇਡ ਚੱਲ ਪਿਆ ਸਾਰਾ ਕੁਛ, ਜਿੱਦਾਂ ਹੁਣ ਆਹ ਵੀ ਸਿਲਾਈਆਂ ਦਾ ਕੰਮ ਹੈ, ਇਹਦੇ ਵਿੱਚ ਦੇਖੋ ਬੱਚੇ ਨੇ ਚੂਚੇ ਪਾਏ ਹੋਏ ਨੇ, ਬਿਲਕੁਲ ਛੋਟੀਆਂ ਛੋਟੀਆਂ ਬਸਤਾਂ ਪਾਈਆਂ ਨੇ, ਇਹਦੇ ਵਿੱਚ ਹੁਣ ਇਹਦਾ ਵੀ 2.5-3 ਘੰਟਿਆਂ ਦਾ ਟਾਈਮ ਹੈ, ਇਹਦੇ ਵਿੱਚ 10 ਅਸੀਂ ਪੈਟਰਨ ਪਾਏ ਹੋਏ, ਪਹਿਲਾਂ ਬਾਰਡਰ ਬਣਾਉਣਾ ਆ, ਫਿਰ ਸੈਕਿੰਡ ਨੰਬਰ ਦੇ ਪੈਟਰਨ, ਸਾਰੇ ਪੈਟਰਨ ਤੁਸੀਂ ਦੇਖ ਰਹੇ ਹੋ ਜਿਹੜੀਆਂ ਆਹ ਚੀਜ਼ਾਂ ਪਾਈਆਂ ਹੋਈਆਂ ਨੇ, ਇਹ ਹਰ ਇੱਕ ਦੇ ਬਣਾਉਣ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਅਗਰ ਤੁਸੀਂ ਜਮੈਟਰੀ ਤੋਂ ਕੋਈ ਪੈਟਰਨ ਪਾਉਣਾ, ਕੋਈ ਦਾਣੇ ਟਿੱਕੀਆਂ ਪਾਉਣੀਆਂ, ਤਾਂ ਉਹ ਈਜ਼ੀਲੀ ਬਣ ਜਾਂਦੇ ਆ। ਇਸ ਚੀਜ਼ ਦੇ ਲਈ ਬਹੁਤ ਜ਼ਿਆਦਾ ਮਿਹਨਤ ਚਾਹੀਦੀ ਹੈ, ਕਿਉਂਕਿ ਪਹਿਲਾਂ ਮੋਰ, ਘੁੱਗੀਆਂ, ਹਾਥੀ ਜਾਂ ਇੱਦਾਂ ਦੇ ਡਿਜ਼ਾਈਨ ਆਮ ਪਏ ਜੋ ਅੱਜ ਕੱਲ੍ਹ ਸਾਰਿਆਂ ਨੂੰ ਨਹੀਂ ਆਉਂਦੇ, ਇਹ ਸਿਲਾਈਆਂ ਦਾ ਹੋ ਗਿਆ ਸਰ। ਉਸ ਤੋਂ ਬਾਅਦ ਆ ਜਾਂਦੀ ਹੈ ਜੀ ਖਿੱਦੂ, ਇਹ ਮੈਂ ਥੋੜ੍ਹਾ ਜਿਹਾ ਕਹਿ ਦੇਵਾਂ ਸਾਡੇ ਦਰਸ਼ਕਾਂ ਨੂੰ, ਇਹ ਜਿਹੜੀ ਖੁੱਦੋ ਹੈ, ਖੁੱਦੋ ਖੁੰਡੀ, ਤੇ ਅੱਜ ਦੀ ਹਾਕੀ ਦਾ ਇਹ ਬੇਸ ਹੈ, ਅੱਜ ਦੀ ਜਿਹੜੀ ਇੰਟਰਨੈਸ਼ਨਲ ਗੇਮ ਹਾਕੀ ਹੈ ਨਾ, ਉਹ ਇੱਥੋਂ ਸ਼ੁਰੂ ਹੁੰਦੀ ਹੈ। ਸਾਡੇ ਪਿੰਡਾਂ ਦੇ ਵਿੱਚ ਜਦੋਂ ਭਾਰਤ ਦੀ ਜਾਂ ਕਹਿੰਦੇ ਪੰਜਾਬ ਦੀ ਹਾਕੀ ਸ਼ੁਰੂ ਹੁੰਦੀ ਹੈ, ਤਾਂ ਉਹ ਦਰਖਤਾਂ ਦੇ ਨਾਲ ਤੋੜੇ ਹੋਏ ਟਾਹਣੇ ਜਿਹੜੇ ਮੁੜਵੇਂ ਰੂਪ ਵਿੱਚ ਹਾਕੀ ਵਰਗੇ ਸੀ,
ਤੇ ਸਾਡੀਆਂ ਭੈਣਾਂ ਜਾਂ ਕਹਿ ਲਈਏ ਕਿ ਬੱਚਿਆਂ ਦੁਆਰਾ ਰਲ ਕੇ ਬਣਾਈਆਂ ਗਈਆਂ ਫੋਟੋ ਇੱਥੋਂ ਸ਼ੁਰੂ ਹੁੰਦੇ ਸੀ ਜੀ। ਇਹਦੇ ਵਿੱਚ ਵੀ ਸਰ ਸਾਰਾ ਬੇਸ ਲੀਰਾਂ ਦਾ ਬਣਾਇਆ ਜੀ, ਲੀਰਾਂ ਦਾ ਬੇਸ ਬਣਾ ਕੇ ਇਹਦਾ ਮੇਨ ਇਹ ਹੁੰਦਾ ਆ ਕਿ ਤੁਸੀਂ ਇਸ ਨੂੰ ਜਦੋਂ ਹੱਥ ਦੇ ਵਿੱਚ ਫੜੋ ਤੁਹਾਡੀ ਵੀ ਗ੍ਰਿਪ ਹੋਣੀ ਚਾਹੀਦੀ ਹੈ, ਇਹਦਾ ਸਾਈਜ਼ ਨਾ ਬਹੁਤਾ ਵੱਡਾ ਤੇ ਨਾ ਬਹੁਤਾ ਛੋਟਾ ਹੋਣਾ ਚਾਹੀਦਾ। ਕਿੱਦੋਂ ਮਤਲਬ ਲਾਈਕ ਆ ਬਾਲ ਜਿਵੇਂ ਅੱਜ ਅਸੀਂ ਬਾਲ ਯੂਜ਼ ਕਰਦੇ ਆ ਵੀ ਤੁਹਾਡੇ ਹੱਥ ਦੇ ਵਿੱਚ ਗ੍ਰਿਪ ਹੋਵੇ, ਲੀਰਾਂ ਦੀ ਇਹ ਬਣਾਈ ਹੋਈ ਆ। ਔਰ ਇਹਦੇ ਉੱਪਰ ਤੁਸੀਂ ਜਿੰਨਾ ਇਹ ਕੰਮ ਦੇਖ ਰਹੇ ਹੋ ਇਹ ਕੋਈ ਕੱਪੜਾ ਨਹੀਂ ਆ, ਇਹਨੂੰ ਕਰੋਸ਼ੀਏ ਦੇ ਨਾਲ ਬੁਣ ਕੇ ਬੁਣਤੀ ਕਰਕੇ ਉਹਨਾਂ ਸਾਰੀਆਂ ਲੀਰਾਂ ਨੂੰ ਕਵਰ ਕੀਤਾ। ਬਹੁਤ ਮਿਹਨਤ ਵਾਲਾ, ਬਹੁਤ ਜ਼ਿਆਦਾ ਮਿਹਨਤ ਦਾ ਕੰਮ ਹੈ ਸਰ। ਤੁਸੀਂ ਦੇਖੋ ਕਿ ਸਾਡਾ ਰਿਕਾਰਡ ਹੈ ਇੰਟਰਵਰਸਿਟੀ ਦਾ ਕਿ ਆਮ ਬੱਚਾ ਤੁਸੀਂ ਦੇਖੋ ਬੜੀਆਂ ਵਿਰਲੀਆਂ ਵਿਰਲੀਆਂ ਵੀ ਬਣਾ ਲੈਂਦੇ, ਬਟ ਇਸਨੂੰ ਕਰੋਸ਼ੀਏ ਨਾਲ ਬੁਣ ਕੇ ਬਣਾਇਆ ਗਿਆ। ਬੱਚੇ ਦਾ 1.5 ਤੋਂ 2 ਘੰਟਿਆਂ ਦਾ ਰਿਕਾਰਡ ਹੈ ਇਸਨੂੰ, ਕਿਆ ਬਾਤ ਹੈ, ਜਿਹੜਾ ਮਤਲਬ ਇਹ ਬੱਚਾ ਕੰਮ ਕਰ ਰਿਹਾ ਹੈ। ਅੱਗੇ ਸਰ ਗੱਲ ਕਰੀਏ ਜੇ ਆਪਾਂ ਟੋਕਰੀ ਦੀ, ਤਾਂ ਟੋਕਰੀ ਬਾਰੇ ਸਾਨੂੰ ਸਾਡੇ ਪ੍ਰਿੰਸੀਪਲ ਸਰ ਦੱਸਦੇ ਹੁੰਦੇ ਆ ਵੀ ਟੋਕਰੀ ਬਣਾਉਣਾ ਇਹ ਨਹੀਂ ਹੈ ਕਿ ਤੁਹਾਨੂੰ ਅਸੀਂ ਇੱਕ ਪਰਫਾਰਮੈਂਸ ਕਰਵਾ ਰਹੇ ਹਾਂ। ਟੋਕਰੀ ਦਾ ਮਤਲਬ ਇਹ ਆ ਕਿ ਸਾਡੀਆਂ ਪੀੜ੍ਹੀਆਂ ਇਹਦੇ ਵਿੱਚ ਗੁਣੀਆਂ ਹੋਈਆਂ ਵੀ ਸਾਡਾ ਬੇਸ ਕਿਸ ਤਰ੍ਹਾਂ ਦਾ ਹੈ। ਸਾਡੇ ਪ੍ਰਿੰਸੀਪਲ ਸਰ ਦੱਸਦੇ ਹੁੰਦੇ ਨੇ ਵੀ ਜਿਵੇਂ ਦਾ ਇਹਦਾ ਬੇਸ ਆ, ਬੇਸ ਦਾ ਮਤਲਬ ਹੁੰਦਾ ਵੀ ਤੁਹਾਡੀਆਂ ਪਿਛਲੀਆਂ ਪੀੜ੍ਹੀਆਂ, ਤੁਹਾਡੀਆਂ ਦੀ ਪੜਦਾਦੀ, ਠੀਕ ਹੈ ਜੀ। ਜੇ ਤੁਹਾਡਾ ਬੇਸ ਮਜ਼ਬੂਤ ਆ ਤਾਂ ਤੁਹਾਡੀ ਅੱਗੇ ਜਿਹੜੀ ਜਨਰੇਸ਼ਨ ਆ ਉਹ ਮਜ਼ਬੂਤ ਹੋਏਗੀ, ਸਾਬਤ ਹੋਏਗੀ। ਤੇ ਇਸ ਤੋਂ ਬਾਅਦ ਸਰ ਜਿਹੜਾ ਇਹਦਾ ਉੱਪਰੋਂ ਮੁੱਠਾ ਬੰਨਿਆ ਹੋਇਆ ਇਹ ਸਾਡੀਆਂ ਹੋਣ ਦੀਆਂ ਪੀੜ੍ਹੀਆਂ, ਸਾਡੀ ਅੱਜ ਦੀ ਜਨਰੇਸ਼ਨ ਜਿਹੜੀ ਉੱਪਰ ਜਾ ਕੇ ਇਕੱਠੀ ਹੋ ਜਾਂਦੀ ਹੈ ਪਰਿਵਾਰ। ਇਸ ਦੇ ਵਿੱਚ ਮਤਲਬ ਇੱਕ ਇਹ ਮੈਸੇਜ ਦਿੱਤਾ ਹੋਇਆ ਵੀ ਬੇਸ ਜੇ ਤੁਹਾਡੀ ਪੀੜ੍ਹੀ ਮਜ਼ਬੂਤ ਹੈ ਤੇ ਉਹ ਅੱਗੇ ਜਾ ਕੇ ਰਿਸ਼ਤਿਆਂ ਨੂੰ ਬੁਣਦੀ ਆ, ਬੁਣਦੀ ਹੋਈ ਉਹ ਜਾ ਕੇ ਅੱਗੇ ਆਪਣਾ ਬੇਸ ਬਣਾਉਂਦੀ ਆ, ਆਪਣਾ ਘਰ ਪਰਿਵਾਰ ਘਰਾਨਾ ਬਣਾਉਂਦੀ। ਟੋਕਰੀ ਦੇ ਨਾਲ ਅਸੀਂ ਬੱਚਿਆਂ ਨੂੰ ਇਹ ਵੀ ਚੀਜ਼ਾਂ ਸਿਖਾਉਂਦੇ ਹਾਂ ਸਰ। ਛਾਬਿਆਂ ਤਿਕਰ, ਰੋਟੀਆਂ ਤਿਕਰ, ਸਾਡੀਆਂ ਰਸੋਈਆਂ ਤਿਕਰ ਆਉਂਦਾ ਹੈ, ਜਾਂ ਮੈਂ ਕਹਿ ਰਿਹਾ ਕਿ ਕਿਸਾਨ ਦਾ ਇਹ ਰਿਜਕ ਨਾਲ ਜੁੜਿਆ ਹੋਇਆ ਪਹਿਲਾ ਭਾਂਡਾ ਹੈ। ਅੱਜ ਹੋ ਸਕਦਾ ਹੈ ਕਿ ਬਹੁਤ ਕੁਝ ਜਿਹੜਾ ਬਾਜ਼ਾਰਾਂ ਚੋਂ ਮਿਲਦਾ ਜਿਹੜਾ ਪਿੜਾਂ ਚ ਵਰਤਿਆ ਜਾਂਦਾ ਹੈ, ਪਰ ਨੰਗੇ ਪੈਰੀ ਪਿੜਾਂ ਚ ਜਾਣਾ ਤੇ ਇਹਦੇ ਨਾਲ ਇਸ ਤੋਂ ਬਾਅਦ ਚਾਹੇ ਅਸੀਂ ਇਸ ਨੂੰ ਛਾਬੇ ਵਿੱਚ ਲੈ ਲਈਏ, ਕਿਸੇ ਹੋਰ ਛੋਟੇ ਵੱਡੇ ਸਹਿਜ ਵਿੱਚ ਲੈ ਲਈਏ, ਪਰ ਕਿਸਾਨ ਦੇ ਲਈ, ਕਿਸਾਨ ਦੇ ਪਰਿਵਾਰ ਦੇ ਲਈ, ਸਾਡੇ ਕਿਸਾਨ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਸਾਡੀਆਂ ਧੀਆਂ ਭੈਣਾਂ ਦੇ ਲਈ, ਉਹਨਾਂ ਦੇ ਲਈ ਇਹ ਪਹਿਲਾ ਭਾਂਡਾ ਮੰਨੂਗਾ ਮੈਂ, ਟੋਕਰਾ ਜਾਂ ਟੋਕਰੀ ਜੀ। ਪੀੜ੍ਹੀ ਦਾ ਮਤਲਬ ਜਸਟ ਇੱਕ ਬੈਠਣ ਦੇ ਲਈ ਮੰਨਿਆ ਜਾਣ ਵਾਲਾ ਆਬਜੈਕਟ ਨਹੀਂ ਹੁੰਦਾ। ਪੀੜ੍ਹੀ ਦਾ ਮਤਲਬ ਹੁੰਦਾ ਕਿ ਤੁਹਾਡੇ ਆਉਣ ਵਾਲੇ ਘਰਾਣੇ, ਤੁਹਾਡੀ ਆਉਣ ਵਾਲੀਆਂ ਜਨਰੇਸ਼ਨ, ਜਿਹਦੇ ਵਿੱਚ ਤੁਸੀਂ ਆਪਣੇ ਸਾਰੇ ਕੰਧਾਂ ਨੂੰ, ਸਾਰੇ ਧਾਗਿਆਂ ਨੂੰ, ਸੂਤ ਨੂੰ ਤੁਸੀਂ ਬੁਣਦੇ ਹੋ, ਬੁਣਦੇ ਹੋ, ਠੀਕ ਹੈ। ਇਹਦੇ ਵਿੱਚ ਵੀ ਦੇਖੋ ਜੀ ਵੀ ਪੈਟਰਨ ਬਣਾਏ ਹੋਏ ਆ, ਜਿਵੇਂ ਕਿ ਫਲਾਰ ਬਣਾਏ ਆ, ਤੁਹਾਨੂੰ ਬੇਸ ਦੇ ਵਿੱਚ ਰੈੱਡ ਫਲਾਰ ਦਿਖਾਈ ਦੇ ਰਹੇ ਆ। ਕਿਸੇ ਦੀ ਵੀ ਪਹਿਚਾਣ ਨੂੰ ਅਸੀਂ ਲੁਕਾ ਸਕੀਏ, ਕੋਈ ਇਹ ਨਾ ਕੱਲ੍ਹ ਨੂੰ ਆਬਜੈਕਸ਼ਨ ਕਰੇ ਕਿ ਹਾਂ ਇਸ ਕਰਕੇ ਸਰ ਇਹ ਕੋਡ ਵਾਈਜ਼ ਤੁਹਾਨੂੰ ਮਤਲਬ ਚੀਜ਼ਾਂ ਦਿਖਾ ਰਹੇ ਹਾਂ ਕਿ ਜਿਹੜੀ ਜਿਹੜੀ ਚੀਜ਼ ਅੱਛੀ ਹੈ ਉਹ ਤੁਹਾਡੇ ਲਈ ਅਸੀਂ ਲੈ ਕੇ ਆ ਰਹੇ ਹਾਂ। ਇਹਦੇ ਵਿੱਚ ਵੀ ਸਰ 3 ਕਲਰ ਕੈਰੀ ਕੀਤੇ ਹੋਏ ਆ ਔਰ ਇਸ ਨੂੰ ਵੀ 2.5 ਘੰਟਿਆਂ ਦੇ ਵਿੱਚ ਬੱਚੇ ਨੇ ਬਣਾਇਆ। ਦੇਖੋ ਪੂਰਾ ਪਹਿਲਾਂ ਤਾਣਾ ਪਾਇਆ, ਫਿਰ ਉਸਨੂੰ ਬਣਾਇਆ, ਫਿਰ ਉਸਨੂੰ ਸਾਰੇ ਨੂੰ ਫਿਲਿੰਗ ਕੀਤੀ ਆ। ਫਿਲਿੰਗ ਇਸ ਤਰੀਕੇ ਨਾਲ ਕਰਨੀ ਹੈ ਕਿ ਡਿਜ਼ਾਈਨ ਇੱਕ ਪ੍ਰੋਪਰ ਸੀਕੁਐਂਸ ਦੇ ਵਿੱਚ। ਅੱਛਾ, ਅਗਲੀ ਗੱਲ ਇਹ ਵੀ ਹੈ ਕਿ ਇਹ ਢਿੱਲਾ ਨਾ ਹੋਵੇ, ਵਧੀਆ ਤਰੀਕੇ ਨਾਲ ਇਹਦੀ ਸਫਾਈ ਵੀ ਹੋਵੇ ਪ੍ਰੋਪਰ। ਹਾਂਜੀ ਸਰ, ਇਹਨਾਂ ਦੇ ਵਿੱਚ ਪ੍ਰੋਪਰ ਆ ਤੁਹਾਡੀ ਅਸੈਂਬਲੀ ਕਿਵੇਂ ਬਣੀ ਹੈ, ਚੇਨ ਕਿੱਦਾਂ ਬਣੀ ਆ, ਫਿਰ ਇਹ ਟਾਈਟ ਕਿੰਨੀ ਹੈ,
ਇਹਦਾ ਬੇਸ ਕਿਵੇਂ ਹੈ, ਸਾਰੇ ਪਾਸਿਆਂ ਤੋਂ ਜੋ ਕਲਰ ਦੀ ਪ੍ਰੋਪੋਰਸ਼ਨੇਟ ਹੈਗੀ ਹੈ ਬਰਾਬਰ ਹੈਗੀ ਹੈ, ਬੈਲੈਂਸ ਹੈਗਾ ਹੈ, ਸਾਰਾ ਕਲਰ ਇਕੁਅਲ ਲਿਆ ਹੋਇਆ, ਅਗਰ ਬਲੂ ਸੈਂਟਰ 'ਚ ਹੈ ਦੈਨ ਉਹ ਤਿੰਨਾਂ ਸਾਈਡਾਂ ਤੋਂ ਬਾਕੀਆਂ ਤੋਂ ਵੀ ਬਰਾਬਰ ਸੈਂਟਰ 'ਚ ਵੀ ਹੋਣਾ ਚਾਹੀਦਾ ਹੈ। ਹਰ ਇੱਕ ਚੀਜ਼ ਦੇ ਵਿੱਚ ਜਦੋਂ ਜੱਜਮੈਂਟ ਹੁੰਦੀ ਹੈ ਤਾਂ ਸਾਡੇ ਜੱਜ ਬਹੁਤ ਹੀ ਜ਼ਿਆਦਾ ਭਾਰਤ ਨਿਗਾਹ ਨਾਲ ਇਹਨਾਂ ਨੂੰ ਵੇਖਦੇ ਆ ਜੱਜ ਕਰ। ਇਸ ਤੋਂ ਅੱਗੇ ਇਸ ਨੂੰ ਅਸੀਂ ਕਹਾਂਗੇ ਰੱਸਾ ਸਰ, ਰੱਸਾ ਇਸ ਨੂੰ ਵੀ ਸਰ ਸਣ ਲੈ ਕੇ ਪਹਿਲਾਂ ਬੱਚੇ ਜਿਹੜੇ ਆ, ਅੱਛਾ ਸਣ ਦਾ ਬਣਿਆ ਹੋਇਆ, ਸਣ ਦਾ ਬਣਿਆ ਰੱਸਾ ਜੀ, ਇਹਨੂੰ ਵੀ 2.5 ਘੰਟੇ ਦੇ ਟਾਈਮਿੰਗ 'ਚ ਸਰ ਬੱਚਿਆਂ ਨੇ ਬਣਾਇਆ। ਇਹਦੇ ਵਿੱਚ ਕੀ ਕੀਤਾ ਜਾਂਦਾ ਵੀ ਪਹਿਲਾਂ ਸਣ ਨੂੰ ਲੈ ਕੇ ਕਲੈਕਟ ਕਰਕੇ ਇਹਨੂੰ ਧੋਤਾ ਜਾਂਦਾ, ਧੋਇਆ ਜਾਂਦਾ, ਧੋ ਕੇ ਤੇ 2-3 ਦਿਨ ਰੱਖਿਆ ਜਾਂਦਾ, ਫਿਰ ਉਹਨੂੰ ਸਾਫ਼ ਕਰਕੇ ਪਹਿਲਾਂ ਸਰ ਇੱਕ ਇੱਕ ਪਲਾਈ ਬੁਣੀ ਜਾਂਦੀ ਹੈ। ਮਜ਼ਬੂਤ ਹੋਣਾ ਚਾਹੀਦਾ ਆ ਤੇ ਰੱਸਾ ਰੱਸਾ ਵੀ ਲੱਗੇ, ਸੁੱਕ ਵੀ ਨਾ ਲੱਗੇ। ਦੇਖੋ ਇਹਦੇ ਨਾਲ ਤੁਸੀਂ ਕਿੰਨੀ ਭਾਰੀ ਚੀਜ਼ ਚੁੱਕ ਲਓ, ਇਹਦੇ ਟੁੱਟਣ ਦਾ। ਤੁਸੀਂ ਦੇਖ ਰਹੇ ਸੀ ਵਿਰਾਸਤ ਮੀਡੀਆ ਦੇ ਉੱਤੇ ਇੱਕ ਵਿਰਾਸਤ ਨੂੰ ਪੇਸ਼ ਕਰਦਾ ਹੋਇਆ ਯੂਥ ਫੈਸਟੀਵਲ ਦਾ ਉਹ ਕੰਮ ਕਾਜ ਜੋ ਸਾਡੇ ਬੱਚਿਆਂ ਨੇ ਉਹ ਕਲਾ ਕਿਰਤ ਕੀਤੀ ਹੈ। ਮੈਡਮ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ, ਮੈਡਮ ਦਾ ਬਹੁਤ ਬਹੁਤ ਧੰਨਵਾਦ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਸ ਮੇਰਾ ਇਹੀ ਮੈਸੇਜ ਹੈ ਮੇਰੇ ਭੈਣ ਭਰਾਵਾਂ ਨੂੰ, ਮੇਰੇ ਬੱਚਿਆਂ ਨੂੰ ਵੀ, ਆਪਣੀ ਪੀੜ੍ਹੀ ਨੂੰ ਸੰਭਾਲੋ, ਆਪਣੀ ਜਨਰੇਸ਼ਨ ਨੂੰ ਅੱਗੇ ਦੇਣ ਵਾਸਤੇ ਕੁਛ ਰੱਖੋ, ਆਪਣੀਆਂ ਜਨਰੇਸ਼ਨ ਤੱਕ ਚੀਜ਼ਾਂ ਪਹੁੰਚਾਓ ਤਾਂ ਕਿ ਉਹ ਕਹਾਣੀਆਂ 'ਚ ਹੀ ਨਾ ਸੁਣਦੇ ਰਹਿ ਗਏ ਵੀ ਕਦੀ ਪੀੜ੍ਹੀਆਂ ਹੁੰਦੀਆਂ ਸੀ, ਕਦੀ ਰੱਸੇ ਹੁੰਦੇ ਸੀ ਜਾਂ ਫੁਲਕਾਰੀਆਂ ਹੁੰਦੀਆਂ ਸੀ। ਇਹਨਾਂ ਚੀਜ਼ਾਂ ਨੂੰ ਸਾਂਭੋ, ਇੰਟਰਨੈਟ ਦਾ ਜ਼ਮਾਨਾ ਜ਼ਰੂਰ ਆ ਬਟ ਆਪਣੀਆਂ ਜੜ੍ਹਾਂ ਨਾਲ ਜੁੜੋ, ਕਿਉਂਕਿ ਜਿਹੜੀ ਪੀੜ੍ਹੀ ਜੜ੍ਹਾਂ ਨਾਲ ਟੁੱਟ ਜਾਂਦੀ ਉਹ ਖਤਮ ਹੋ ਜਾਂਦੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਸਰ। ਤੁਸੀਂ ਦੇਖ ਰਹੇ ਸੀ ਵਿਰਾਸਤ ਮੀਡੀਆ ਦੀ ਵਿਸ਼ੇਸ਼ ਪੇਸ਼ਕਸ਼, ਜਿਹਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਕਿ ਵਿਰਾਸਤ ਤੇ ਵਿਰਾਸਤ ਦੀ ਕਲਾ ਤੇ ਉਸ ਕਲਾ ਨੂੰ ਅੱਜ ਅੱਗੇ ਵਧਾਉਣ ਦੇ ਲਈ ਕਿੱਥੇ ਕਿੱਥੇ ਖਾਮੀਆਂ ਹੈ, ਕਿਹਦੇ ਕਿਹਦੇ ਯੋਗਦਾਨ ਦੀ ਜ਼ਰੂਰਤ ਹੈ। ਪੰਜਾਬ ਮੁੱਕਿਆ ਨਹੀਂ, ਨਾ ਪੰਜਾਬ 'ਚੋਂ ਕਲਾ ਮੁੱਕੀ ਹੈ, ਕਲਾ ਵੀ ਜਿਉਂਦੀ ਹੈ, ਪੰਜਾਬ ਵੀ ਜਿਉਂਦਾ ਹੈ, ਪਰ ਇਸ ਨੂੰ ਕਿਤੇ ਨਾ ਕਿਤੇ ਅੱਖੋਂ ਪਰੋਖੇ ਜਾਣਬੁੱਝ ਕੇ ਕੀਤਾ ਜਾਂਦਾ ਹੈ, ਇਹਦੇ ਉੱਤੇ ਡੂੰਘੀ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ।